ਸ਼ਿਵ ਸਰਾ ਪੰਜਾਬ ਕੀ ਮਾਮਲਾ ਹੋਇਆ ਚੱਲ ਰਿਹਾ ਜੀ ਅੱਜ? ਅਸੀਂ ਸ਼ਿਵਰਾਤਰੀ ਕਲੈਕਸ਼ਨ ਕਰ ਰਹੇ ਸੀ, ਭੁਪਿੰਦਰ ਸ਼ਰਮਾ ਜੀ ਨਾਲ ਸੀ ਮੇਰੇ, ਜਿੰਮੀ ਕਰਵਾ ਜੀ, ਵਿਨੇ ਜੀ, ਅਸੀਂ ਵੀ ਐਸ ਜੁਵੈਲਰ ਦੇ ਅੰਦਰ ਬਾਬੂ ਮਹਾਰਾਜ ਦੇ ਮੁਹੱਲੇ ਦੇ ਵਿੱਚ ਅੰਦਰ ਵੀ ਐਸ ਜੁਵੈਲਰ ਪਰਚੀ ਕਟਾਉਣ ਚੱਲੇ ਅਤੇ ਸਭ ਚਾਰ ਪੰਜ ਛੇ ਜਣੇ ਪਹਿਲਾਂ ਸਾਡੇ ਦੇ ਚਪੇੜਾਂ ਚਪੂੜਾਂ ਮਾਰੀਆਂ ਆ ਕੇ ਇਹਨਾਂ ਨੇ ਬਹੁਤ ਕੇ ਅਸੀਂ ਭੱਜ ਕੇ ਜਾਨ ਬਚਾਈ ਆ, ਫਿਰ ਸਾਡੇ ਮਗਰ ਹਾਕੀਆਂ ਲੈ ਕੇ ਆ ਕੇ, ਬੇਸਬੋਲ ਲੈ ਕੇ, ਦੋ ਨੰਬਰ ਗਲੀ ਸੁਭਾਸ਼ ਨਗਰ ਅਤੇ ਇੱਕ ਘਰ ਖੁੱਲ੍ਹਾ ਦੀ ਮੇਰੇ ਹਾਕੀਆਂ ਮਾਰੀਆਂ, ਮੇਰੇ ਪੈਰ ਸੁੱਜੇ ਪਏ, ਕੋਈ ਗੱਲ ਨਹੀਂ ਹੋਈ, ਹੋਈ ਕੋਈ ਬਾਤ ਨਹੀਂ ਹੋਈ। ਕਿੰਨੇ ਵਿਅਕਤੀ ਸੀ ਆਪਣੇ? ਪਿੰਦਾ ਪਿੰਦਾ ਕਹਿੰਦਾ, ਮੈਂ ਪਿੰਦਾ ਕਹਿੰਦਾ ਤੈਨੂੰ ਮਾਰ ਹੀ ਦੇਣਾ, ਜਾਨੋ ਮਾਰਨਾ ਤੈਨੂੰ ਕਹਿੰਦਾ। ਕਿੰਨੇ ਲੋਕ ਸੀ? ਸੱਤ ਅੱਠ ਜਣੇ ਦਾ ਹੈਗੇ ਸੀ ਨਾ। ਨਿਕਲ ਗਏ, ਮੈਂ ਆਪਣਾ ਬਚਾਅ ਕਰਦਾ ਰਿਹਾ, ਭੱਜੀ ਗਿਆ ਤੇ ਜੇ ਮੈਂ ਨਾ ਘਰ ਦੇ ਅੰਦਰ ਵੜਦਾ ਤਾਂ ਉਹ ਕਹਿੰਦੇ ਤੈਨੂੰ ਮਾਰ ਹੀ ਦੇਣਾ। ਇੱਕ ਬੈਗ ਸੀਗਾ ਕਲੈਕਸ਼ਨ ਦਾ, ਉਹ ਵੀ ਹੈ ਨੀ। ਸਵੇਰ ਦੀ ਕਲੈਕਸ਼ਨ ਨਹੀਂ ਕਰਦੇ ਭਾਜੀ, ਹੋਊਗਾ ਵੀ 25,000 ਰੁਪਏ 30,000 ਪਤਾ ਨਹੀਂ ਕੁਛ ਹੁੰਦਾ ਚੱਲ। ਬਾਕੀ ਕੋਈ ਹੋਰ ਸਮਾਨ ਤੁਹਾਡਾ ਤਾਂ ਨਹੀਂ ਕੋਈ? ਨਹੀਂ ਹੋਰ ਨਹੀਂ ਕੋਈ। ਕੋਈ ਪਲਟਾ ਮੈਨੂੰ ਸਾਫ ਦਿਲਾਇਆ ਜਾਵੇ ਪਲਟਾ ਜੀ, ਕੋਈ ਦੁਕਾਨ ਦੀ ਤੋੜ ਭੰਨ ਵੀ ਕੀਤੀ ਗਈ? ਆ ਪਤਾ ਨਹੀਂ, ਮੈਨੂੰ ਪਤਾ ਲੱਗਾ ਉੱਧਰ ਰਾਹੁਲ ਗਰਵਾਲ ਦੀ ਦੁਕਾਨ ਵੀ ਭੰਨ ਕੇ ਆਏ ਆ। ਅੱਜ ਕੀ ਨਾਮ ਆਪਣਾ? ਮੇਰਾ ਨਾਮ ਜੀ ਰਾਹੁਲ ਗਰਵਾਲ। ਕੀ ਹੋਇਆ ਅੱਜ ਭਾਈ, ਜਿਹੜਾ ਪੂਰਾ ਮਾਮਲਾ ਸਿਵਲ 'ਚ ਆਏ ਆਪਾਂ? ਸਰ ਜੀ ਮੈਂ ਲੁਧਿਆਣੇ ਤੋਂ ਹਜੇ ਵਾਪਸੀ ਪਹੁੰਚਿਆ ਸੀ ਆਪਣੀ ਖਰੀਦਦਾਰੀ ਕਰਕੇ ਮਾਲ ਦੀ। ਮੈਂ ਦੁਕਾਨ ਦੇ ਅੰਦਰ ਹੀ ਪਹੁੰਚਿਆ ਜੀ, ਕੁਛ 5 ਤੋਂ 6 ਨੌਜਵਾਨ ਆਉਣੇ ਨੀਅਰ ਅਬਾਊਟ, ਆ ਕੇ ਮੇਰੀ ਦੁਕਾਨ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਮੈਨੂੰ ਨਾ ਕੋਈ ਸਮਝ ਲੱਗਾ, ਮੈਂ ਵੀ ਇੱਥੇ ਪਿੱਛਲੇ ਪਾਸੇ ਪੌੜੀਆਂ ਇੱਥੇ ਉੱਪਰ ਨੂੰ ਦੌੜ ਗਿਆ ਜੀ। ਮੈਂ ਉੱਪਰ ਨੂੰ ਚੜਿਆ, ਸ਼ੀਸ਼ੇ ਸ਼ੂਸ਼ੇ ਸਾਰੇ ਭੰਨ ਦਿੱਤੇ, ਕੀਮਤੀ ਸਮਾਨ ਘੜੀਆਂ ਘੁੜੀਆਂ ਮੇਰੀ ਦੁਕਾਨ ਦੇ ਹੁੰਦੀਆਂ, ਇਹਨਾਂ ਕਾਫੀ ਕੁਛ ਕੀਮਤੀ ਜਿਹੜਾ ਹੋਈ, ਕਾਫੀ ਕੁਛ ਗੁੱਟ ਭੱਜ ਹੋਇਆ ਸੀ ਤਾਂ ਮੈਨੂੰ ਉਸ ਬਾਰੇ ਵੀ ਨਹੀਂ ਕੁਛ ਪਤਾ ਹੈਗਾ ਕੀ ਕੁਛ ਹੋਇਆ ਜਾਂ ਕੀ ਨਹੀਂ। ਪੈਸੇ ਸੀਗੇ, ਪੈਸੇ ਪੁਸੇ ਵਿੱਚੋਂ ਦੀ ਜੋ ਨਕਦੀ ਸੀਗਾ ਨੀਅਰ ਅਬਾਊਟ 10 ਤੋਂ 20 ਦੇ ਵਿੱਚ ਅਰਾਊਂਡ ਹੋਊਗਾ ਮੇਰੇ ਅਰਾਊਂਡ, ਹਜੇ ਮੈਨੂੰ ਕੁਛ ਪੱਕਾ ਨਹੀਂ ਪਤਾ, ਜੋ ਵੀ ਦੇਖੂੰਗਾ ਜਾ ਕੇ ਨੀਅਰ ਅਬਾਊਟ ਇੰਨੇ ਦਾ ਹੋਣਾ 20-22 ਦੇ ਲੱਗ ਗਏ ਸਕੇ, ਉਹ ਵੀ ਨਹੀਂ ਵਿੱਚ ਮੈਨੂੰ ਕੁਛ ਅਜੇ ਤੱਕ ਦਿਖਿਆ ਉਸ ਵੇਲੇ। ਕੀ ਕਾਰਨ ਕੀ ਹੈ ਭਾਜੀ ਲੜਾਈ ਦਾ ਜਿਹੜੀ ਤੁਹਾਡੀ ਦੁਕਾਨ ਤੋੜ ਭੰਨ ਕਰ? ਕੁਛ ਪਤਾ ਹੀ ਨਹੀਂ ਲੱਗਾ ਮੈਨੂੰ, ਆਪ ਨੂੰ ਨਹੀਂ ਹਜੇ ਤੱਕ ਪਤਾ ਕਿ ਕਿਸ ਕਰਕੇ ਉਹਨਾਂ ਨੇ ਅੱਗ ਮੇਰੀ ਦੁਕਾਨ ਤੇ ਅਟੈਕ ਕੀਤਾ ਜੀ। ਬੰਦੇ ਵਿੱਚੋਂ ਇੱਕ ਦੋ ਮੈਂ ਜਾਣਦਾ ਸੀ, ਤੁਸੀਂ ਦੇਖਿਆ ਕਿ ਗਿਆ ਪਿੰਦਾ ਪਿੰਦਾ ਮੁੰਡਾ ਜੀ ਨੇ ਹੁਣ ਤੇ। ਹਾਂਜੀ ਭਾਜੀ ਇੱਕ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਮਿਸਟਰ ਰਾਜੇਸ਼ ਪਲਟਾ ਨੇ ਉਹਨਾਂ ਦੇ ਕਿਸੇ ਨੇ ਇੱਦਾਂ ਕੁਛ ਲੜਕੇ ਨੇ ਜਿਨ੍ਹਾਂ ਨੇ ਸੁਭਾਸ਼ ਨਗਰ ਦੇ ਏਰੀਆ ਦੇ ਵਿੱਚ ਕੁਛ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਅਤੇ ਇਹਨਾਂ ਦੇ ਸੱਟਾਂ ਲੱਗੀਆਂ ਨੇ, ਅਸੀਂ ਮੌਕੇ 'ਤੇ ਆਏ ਹਾਂ, ਇਹਨਾਂ ਦੀ ਸਟੇਟਮੈਂਟ ਵੀ ਰਿਕਾਰਡ ਕਰ ਰਹੇ ਹੈਗੇ ਔਰ ਜੋ ਐਜ਼ ਪਰ ਲੀਗਲ ਐਕਸ਼ਨ ਹੋਏਗਾ ਵੀ ਵਿਲ ਟੇਕ ਕੇਅਰ, ਔਰ ਪੁਲਿਸ ਨੇ ਵੀ ਡਿਪਿਊਟਿਡ ਆਰ ਪਾਰਟੀਜ਼ ਟੂ ਰਾਊਂਡ ਅਪ, ਜਿਹਨੇ ਵੀ ਜਿਹਨਾਂ ਦੀ ਸਕਫਲ ਹੋਈ ਆਪਸ 'ਚ ਲੜਾਈ ਝਗੜਾ ਕੀਤਾ ਹੈ, ਕਾਨੂੰਨ ਨੂੰ ਹੱਥ 'ਚ ਲਿਆ, ਉਹ ਸਾਰੇ ਅਸੀਂ ਬੰਦੇ ਰਾਊਂਡ ਅਪ ਕਰਾਂਗੇ ਐਂਡ ਵੀ ਵਿਲ ਮੇਨਟੇਨ ਕੰਪਲੀਟ ਏ ਪੀਸਫੁਲ ਸਿਨੈਰੀਓ ਇਹਦਾ ਮੇਨਟੇਨ ਰਹੇ ਫਗਵਾੜਾ ਦਾ, ਔਰ ਅਸੀਂ ਪੁਲਿਸ ਡਿਪਲੋਏ ਕਰ ਰਹੇ ਜੀ। ਜੀ 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 ਸਾਨੂੰ ਇਹ ਪਤਾ ਲੱਗਿਆ ਵੀ ਆਰ ਵੈਰੀਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ, ਕੌਣ ਕੌਣ ਆਇਆ, ਕਿਹੜੇ ਕਿਹੜੇ ਇਨਵੋਲਵ ਸੀ ਇਸ ਕਪਲ ਦੇ ਵਿੱਚ, ਵੀ ਵਿਲ ਟੇਕ ਐਕਸ਼ਨ ਐਸ ਪਰ ਲਾਅ। ਮੈਨੂੰ ਪਲਟਾ ਨੂੰ ਦੱਸਿਆ ਵੀ ਕੌਣ ਲੋਕ ਸੀ ਉਹ? ਹਾਂਜੀ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ, ਦੱਸਿਆ ਵੀ ਆਰ ਵੈਰੀਫਾਈਂਗ ਔਰ ਅਸੀਂ ਸਾਰਾ ਐਸ ਪਰ ਜੋ ਵੀ ਹੈ ਵੈਰੀਫਾਈ ਕਰਕੇ ਇਨਵੈਸਟੀਗੇਟ ਕਰਕੇ ਇਹਨੂੰ ਪ੍ਰੋਪਰ ਇਹਦਾ। ਮੈਮ ਇਹ ਕਿਹੜੀ ਸੰਸਥਾ ਤੋਂ ਹੈ ਪਤਾ ਕੁਛ ਸਾਹਮਣੇ ਆਇਆ? ਇਹ ਜੀ ਦੋਨੋਂ ਅਲੱਗ ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਕਾਂ ਦੇ ਨਾਮ ਹੈਗੇ ਨੇ ਵਿੱਚ ਇਹਦੇ, ਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਟੇਕ। ਝਗੜੇ ਦਾ ਕਾਰਨ ਕੀ ਸਮਝ ਆ ਰਿਹਾ ਮੈਡਮ?
ਫਿਲਹਾਲ ਤਾਂ ਇਹ ਦੱਸ ਰਹੇ ਨੇ ਕਿ ਮੋਮੈਂਟਰੀਲੀ ਹੋਇਆ, ਉਸੇ ਮੌਕੇ ਤੇ ਹੀ ਹੋਇਆ, ਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ। ਇਹਨਾਂ ਦਾ ਕੋਈ ਸ਼ਿਵਰਾਤਰੀ ਦਾ ਸੀਗਾ ਸਮਾਗਮ, ਉਹਦੇ ਸੰਬੰਧ ਦੇ ਵਿੱਚ ਉੱਧਰ ਕਲੈਕਸ਼ਨ ਕਰਨ ਗਏ ਸੀਗੇ, ਅਤੇ ਉੱਥੇ ਮੌਕੇ 'ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ, ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ, ਅਤੇ ਜਿਹਦੇ ਵਿੱਚ ਇਹ ਸਕਫਲ ਦੇ ਵਿੱਚ ਇਹਨਾਂ ਦੀ ਆਪਸ ਜੀ ਸਾਡੀ ਟੀਮਸ ਲੈ ਰਹੀਆਂ ਨੇ, ਕਲੈਕਟ ਕਰ ਰਹੇ, ਅਸੀਂ ਸਾਰਾ ਵੈਰੀਫਾਈ ਕਰਕੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ, ਜਿੱਥੇ ਵੀ ਜੋ ਸਕਫਲ ਹੋਈ, ਜਿਹਨੇ ਕੋਈ ਸਿੱਟਾ ਮਾਰੀਆਂ ਨੇ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਕੀ ਦੂਸਰੀ ਪਾਰਟੀ ਦਾ ਕੋਈ ਦਾਖਲ ਹੋਇਆ ਹਸਪਤਾਲ 'ਚ? ਅਜੇ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ, ਵੀ ਆਰ ਸਟਿਲ ਵੈਰੀਫਾਈਂਗ ਜੀ।